10 ਦਸੰਬਰ ਨੂੰ ਕੀ ਮੰਦਿਰ ਕੀ ਤੁਹਾਡੇ ਵੱਲੋਂ ਕੀ ਪ੍ਰੋਗਰਾਮ ਕੀਤਾ ਜਾਊਗਾ? ਚੰਡੀਗੜ੍ਹ ਦੇ ਵਿੱਚ ਇਕੱਤਰਤਾ ਰੱਖੀ ਜਾਊਗੀ, ਸਾਰੇ ਨੁਮਾਇੰਦੇ ਉਹਦੇ ਵਿੱਚ ਅਲੱਗ ਅਲੱਗ ਵਿਚਾਰਧਾਰਾ ਦੇ ਲੋਕ ਜਿਹੜੇ ਉਹਦੇ ਵਿੱਚ ਆਉਣਗੇ ਔਰ ਇੱਕ ਸਾਂਝੀ ਆਵਾਜ਼ ਇਹਨਾਂ ਸਾਰੇ ਲੋਕਾਂ ਦੀ ਜਿਹੜੀ ਬੁਲੰਦ ਕੀਤੀ ਜਾਊਗੀ। ਅਸੀਂ ਕਿਉਂਕਿ ਅਸੀਂ ਉਗਰਾਹਾਂ 'ਤੇ ਹੈ ਨਹੀਂ ਗੇ ਕਿ ਸਿਰਫ ਆਪਣੇ ਲੈਫਟ ਵਾਲਿਆਂ ਦੇ ਪੋਸਟਰ ਚੁੱਕ ਲਓ ਅਤੇ ਬਹਿ ਜਾਓ। ਪੂਰੇ ਇੰਡੀਆ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਜਿਹੜੇ ਪੋਲੀਟੀਕਲ ਪ੍ਰਿਜ਼ਨਰਸ ਨੇ ਉਹਨਾਂ ਨੂੰ ਅਸੀਂ ਇਹ ਦਿਨ ਇਸ ਵਾਰ ਡੈਡੀਕੇਟ ਕਰਾਂਗੇ। ਸੋ ਇੱਕ ਸਾਂਝੀ ਆਵਾਜ਼ ਇਹਨਾਂ ਲੋਕਾਂ ਦੀ ਜਿਹੜੇ ਕਿਸੇ ਨਾ ਕਿਸੇ ਪੋਲੀਟੀਕਲ ਥਾਟ ਦੇ ਕਰਕੇ ਇਹਨਾਂ ਦੀ ਇੱਕ ਰਾਜਨੀਤਿਕ ਸਮਝ ਆ ਉਹਦੇ ਕਰਕੇ ਜੇਲ੍ਹਾਂ 'ਚ ਨੇ ਕਿਸੇ ਦੀ ਧੌਣ ਵੱਢ ਕੇ ਜਾਂ ਉਵੇਂ ਹੀ ਰਾਜ ਤੁਰੇ ਜਾਂਦੇ ਕਿਸੇ ਦੇ ਸੱਟ ਮਾਰ ਕੇ ਜੇਲ੍ਹਾਂ 'ਚ ਨਹੀਂ ਬੈਠੇ। ਜੇ ਇਹਨਾਂ ਨੇ ਕਿਸੇ ਦੇ ਕਤਲ ਵੀ ਕੀਤੇ ਨੇ ਤਾਂ ਉਹ ਪੋਲੀਟੀਕਲ ਮਰਡਰਸ, ਉੱਥੇ ਦੇ ਜਿਹੜੇ ਵਾਇਲੇਸ਼ਨ ਆ ਹਿਊਮਨ ਰਾਈਟਸ ਦੇ ਉਹ ਇੱਥੋਂ ਤੱਕ ਪਹੁੰਚ ਚੁੱਕੀ ਹੈ ਕਿ ਜਿਹੜੇ ਪੱਤਰਕਾਰਾਂ ਨੇ ਕਵਰੇਜ ਕੀਤੀ ਕਸ਼ਮੀਰ ਦੇ ਹੱਕਾਂ ਦੀ ਉਹਨਾਂ ਨੂੰ ਵੀ NIA ਦੇ ਛਾਪੇ ਮਾਰ ਕੇ ਅਤੇ ਉਹਨਾਂ ਦੇ ਜਿਹੜੇ ਰਾਈਟਸ ਨੇ ਉਹ ਦੱਬੇ ਜਾ ਰਹੇ, ਉਹਨਾਂ ਨੂੰ ਕੁਚਲੇ ਜਾ ਰਹੇ, ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਜਿਹੜਾ ਸਿੱਖਾਂ ਦਾ ਮਸਲਾ ਹੈ ਨਾ, ਇਹ ਪੂਰੇ ਦਾ ਪੂਰਾ ਕੇਂਦਰ ਦੇ ਅਧੀਨ ਹੋਮ ਮਿਨਿਸਟਰੀ ਦੇ, ਕਿਉਂਕਿ ਜਿਹੜੇ ਸਿੱਖਾਂ ਦੇ ਕੇਸ ਨੇ ਉਹ ਜਾਂ ਤਾਂ ਚੰਡੀਗੜ੍ਹ ਦੇ ਨੇ UT ਦੇ ਨੇ ਜਾਂ ਦਿੱਲੀ ਦੇ ਨੇ ਅਤੇ ਜਾਂ ਇੱਕ ਕਰਨਾਟਕ ਦਾ। ਅਖੀਰਲੀ ਤਾਲੇ ਦੀ ਚਾਬੀ ਆ ਉਹ ਕੇਂਦਰ ਕੋਲ, ਹੋਮ ਮਿਨਿਸਟਰੀ ਦੇ ਕੋਲ ਆ, ਪਰ ਉਹ ਆਪਣੀ ਗੱਲ ਦੇ ਉੱਤੇ ਅੜੀ ਹੋਈ ਆ। ਉਹ ਨਹੀਂ ਚਾਹੁੰਦੀ ਕਿ ਇਹਨਾਂ ਨੂੰ ਰਿਹਾਅ ਕੀਤਾ ਜਾਵੇ ਕਿਉਂਕਿ ਉਹਨਾਂ ਦੇ ਪੋਲੀਟੀਕਲੀ ਸਾਡੀ ਸੁਰ ਉਹਨਾਂ ਦੇ ਨਾਲ ਨਹੀਂ ਰੱਖਦੀ। ਜਿਨ੍ਹਾਂ ਨੂੰ ਉਹਨਾਂ ਛੱਡਣਾ ਉਹ ਛੱਡ ਦਿੰਦੇ ਨੇ, ਜਿਹੜੇ ਇਹਨਾਂ ਦੇ ਨਾਲ ਵੱਖਰੀ ਸੁਰ ਰੱਖਦੇ ਨੇ ਉਹਨਾਂ ਨੂੰ ਅੱਜ ਵੀ ਜ਼ਿਲ੍ਹਾ ਹੀ ਰੱਖਦੇ ਨੇ, ਇਸੇ ਕਰਕੇ ਅੱਜ ਬੰਦੀ ਸਿੰਘ ਜ਼ਿਲ੍ਹਾ ਨੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਅਤੇ ਮੈਂ ਹਾਂ ਵਸ਼ਦੀਪ ਸਿੰਘ ਕੰਵਲ। 10 ਦਸੰਬਰ ਨੂੰ ਜੋ ਹੈ ਵਰਲਡ ਹਿਊਮਨ ਰਾਈਟ ਡੇ ਮਨਾਇਆ ਜਾਏਗਾ, ਉਸ ਦੇ ਚੱਲਦੇ ਜੋ ਹੈ ਦਲ ਖਾਲਸਾ ਵੱਲੋਂ ਵੀ ਇਸ ਨੂੰ ਹੈ ਕਿ ਜੋ ਮਨਾਇਆ ਜਾ ਰਿਹਾ, ਪਰ ਇਹਨਾਂ ਨੂੰ ਵੱਲੋਂ ਜੋ ਹੈ ਕਿ ਇਸ ਵੱਖਰੇ ਢੰਗ ਨਾਲ, ਕਿਉਂਕਿ ਹਮੇਸ਼ਾ ਲੋਕਾਂ ਨੂੰ ਲੱਗਦਾ ਹੈ ਕਿ ਇਹਨਾਂ ਵੱਲੋਂ ਜੋ ਸਿਰਫ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਜਾਂਦੀ ਹੈ, ਪਰ ਇਹਨਾਂ ਵੱਲੋਂ ਜੋ ਹੈ ਕਿ ਜਿੰਨੇ ਵੀ ਜੋ ਹੈ ਕਿ ਹੋਰ ਕਿਸੇ ਵੀ ਧਰਮ ਨਾਲ ਜਾਂ ਹੋਰ ਕਿਸੇ ਸਟੇਟ ਦੇ ਜੋ ਨੇ ਕਿ ਜਿਨ੍ਹਾਂ ਬੰਦੀਆਂ ਨੂੰ ਜੋ ਹੈ ਕਿ ਕੈਦੀਆਂ ਨੂੰ ਰੱਖਿਆ ਗਿਆ, ਉਹਨਾਂ ਦੀ ਵੀ ਜੋ ਹੈ ਇਹਨਾਂ ਵੱਲੋਂ ਜੋ ਹੈ ਆਵਾਜ਼ ਜੋ ਉਠਾਈ ਜਾ ਰਹੀ। ਅੱਜ ਇਹਨਾਂ ਵੱਲੋਂ ਜੋ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਆ, ਉਸ ਦੇ ਬਾਰੇ ਇਹਨਾਂ ਨਾਲ ਗੱਲਬਾਤ ਕਰਦੇ, ਜਾਣਦੇ ਕਿ ਅੱਜ ਜੋ ਹੈ ਇਹਨਾਂ ਦਾ ਇੱਕ ਮੁੱਦਾ ਜੋ ਹੈ ਇਸ ਨੂੰ ਕਿਸ ਤਰ੍ਹਾਂ ਜੋ ਹੈ ਅੱਗੇ ਪ੍ਰੈਜੈਂਟ ਕਰਨਗੇ। ਭਾਅ ਜੀ, ਜੋ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਕੀ ਕਾਰਨ ਸੀਗਾ, ਕੀ ਕਿਸ ਤਰ੍ਹਾਂ ਥੋੜ੍ਹਾ ਜਿਹਾ ਐਕਸਪਲੇਨ ਕਰੋ। 10 ਦਸੰਬਰ ਨੂੰ ਪੂਰੀ ਹੀ ਦੁਨੀਆ ਹਿਊਮਨ ਰਾਈਟਸ ਡੇ ਦੇ ਤੌਰ 'ਤੇ ਮਨਾਉਂਦੀ ਹੈ UN ਦੇ ਤਹਿਤ, ਕਿਉਂਕਿ ਇਹ ਦਿਨ ਉਹਨਾਂ ਦੇ ਰਾਹੀਂ ਹੀ ਇੰਟਰੋਡਿਊਸ ਕੀਤਾ ਗਿਆ ਸੀਗਾ। ਔਰ ਇਹਦੇ ਵਿੱਚ ਕੀ ਹੁੰਦਾ ਕਿ ਜਿੰਨੀਆਂ ਵੀ ਵਾਇਲੇਸ਼ਨਸ ਹੁੰਦੀਆਂ ਨੇ ਦੁਨੀਆ, ਉਹਨਾਂ ਨੂੰ ਆਪੋ ਆਪਣੇ ਤਰੀਕੇ ਦੇ ਨਾਲ ਆਵਾਜ਼ ਬੁਲੰਦ ਕਰਦੀ ਹੈ ਇਸ ਦਿਨ ਦੇ ਉੱਤੇ। ਅਸੀਂ ਵੀ ਹਰ ਸਾਲ ਇਸ ਦਿਨ ਨੂੰ ਲਗਾਤਾਰ ਪਿਛਲੇ ਤਕਰੀਬਨ 15 ਸਾਲ ਤੋਂ ਮਨਾਉਂਦੇ ਆ ਰਹੇ ਹਾਂ, ਔਰ ਇਸ ਵਾਰ ਅਸੀਂ ਇਹ ਦਿਨ ਜਿਹੜੇ ਪੋਲੀਟੀਕਲ ਪ੍ਰਿਜ਼ਨਰਸ ਨੇ ਇਹ ਛੱਡ ਦਈਏ ਕਿ ਉਹ ਸਿੱਖ ਨੇ, ਉਹ ਮੁਸਲਮਾਨ ਨੇ, ਉਹ CAA ਵਾਲੇ ਨੇ, ਉਹ ਲੈਫਟ ਦੇ ਨੇ, ਉਹ ਕੌਣ ਨੇ। ਪੂਰੇ ਇੰਡੀਆ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਜਿਹੜੇ ਪੋਲੀਟੀਕਲ ਪ੍ਰਿਜ਼ਨਰਸ ਨੇ ਉਹਨਾਂ ਨੂੰ ਅਸੀਂ ਇਹ ਦਿਨ ਇਸ ਵਾਰ ਡੈਡੀਕੇਟ ਕਰਾਂਗੇ। ਔਰ ਪਿਛਲੇ ਸਾਲ ਵੀ ਅਸੀਂ ਜਿਹੜੀਆਂ ਕਸ਼ਮੀਰ, ਨਾਗਾ, ਤਾਮਿਲ ਉਹਨਾਂ ਦੇ ਡੈਲੀਗੇਸ਼ਨ ਨੇ ਅਤੇ ਅੰਮ੍ਰਿਤਸਰ ਵੀ ਆਇਆ ਹੈਗਾ, ਇਸ ਵਾਰ ਵੀ ਉਹਨਾਂ ਦਾ ਡੈਲੀਗੇਸ਼ਨ ਜਿਹੜਾ ਹੈ ਉਹ ਚੰਡੀਗੜ੍ਹ ਅਸੀਂ ਇਸ ਵਾਰ ਕਰਨ ਜਾ ਰਹੇ, ਉਹ ਚੰਡੀਗੜ੍ਹ ਆਉਣਗੇ। ਔਰ 9 ਤਰੀਕ ਨੂੰ ਉਸ ਤੋਂ ਪਹਿਲਾਂ ਜਿਹੜੇ ਨਾਗਾਲੈਂਡ ਵਾਲੇ ਨੇ ਉਹਨਾਂ ਨੇ ਦਿੱਲੀ ਦੇ ਵਿੱਚ ਪ੍ਰੋਗਰਾਮ ਰੱਖਿਆ ਹੈ, ਉੱਥੇ ਵੀ ਅਸੀਂ ਸ਼ਾਮਿਲ ਹੋਵਾਂਗੇ ਔਰ ਸਾਰੇ ਜਿਹੜੀਆਂ ਦੂਸਰੀਆਂ ਕੌਮਾਂ ਨੇ ਉਹਨਾਂ ਦੇ ਨੁਮਾਇੰਦੇ ਵੀ ਸ਼ਾਮਿਲ ਹੋਣਗੇ। ਸੋ ਇੱਕ ਸਾਂਝੀ ਆਵਾਜ਼ ਇਹਨਾਂ ਲੋਕਾਂ ਦੀ ਜਿਹੜੇ ਕਿਸੇ ਨਾ ਕਿਸੇ ਪੋਲੀਟੀਕਲ ਥਾਟ ਦੇ ਕਰਕੇ ਇਹਨਾਂ ਦੀ ਇੱਕ ਰਾਜਨੀਤਿਕ ਸਮਝ ਆ ਉਹਦੇ ਕਰਕੇ ਜੇਲ੍ਹਾਂ 'ਚ ਨੇ ਕਿਸੇ ਦੀ ਧੌਣ ਵੱਢ ਕੇ ਜਾਂ ਉਵੇਂ ਹੀ ਰਾਜ ਤੁਰੇ ਜਾਂਦੇ ਕਿਸੇ ਦੇ ਸੱਟ ਮਾਰ ਕੇ ਜੇਲ੍ਹਾਂ 'ਚ ਨਹੀਂ ਬੈਠੇ। ਜੇ ਇਹਨਾਂ ਨੇ ਕਿਸੇ ਦੇ ਕਤਲ ਵੀ ਕੀਤੇ ਨੇ ਤਾਂ ਉਹ ਪੋਲੀਟੀਕਲ ਮਰਡਰਸ ਨੇ, ਮਤਲਬ ਉਹ ਪੋਲੀਟੀਕਲੀ ਮੋਟੀਵੇਟਡ ਨੇ, ਨਾ ਕਿ ਪਰਸਨਲ ਰੰਜਿਸ਼ ਦੇ ਵਿੱਚੋਂ ਕੀਤੇ ਗਏ ਨੇ। ਸੋ ਇਹਨਾਂ ਨੂੰ ਪੋਲੀਟੀਕਲੀ ਹੀ ਟ੍ਰੀਟ ਕੀਤਾ ਜਾਂਦਾ, ਇਸ ਕਰਕੇ ਇਹਨਾਂ ਨੂੰ ਪੋਲੀਟੀਕਲ ਪ੍ਰਿਜ਼ਨਰਸ ਕਿਹਾ ਜਾਂਦਾ ਹੈ। ਸੋ ਉਹਨਾਂ ਸਾਰਿਆਂ ਦੀ ਆਵਾਜ਼ ਬੁਲੰਦ ਕਰਨ ਦੇ ਲਈ ਅਸੀਂ ਇਸ ਵਾਰ ਜਿਹੜਾ ਚੰਡੀਗੜ੍ਹ ਦੇ ਵਿੱਚ 10 ਤਰੀਕ ਨੂੰ ਹਿਊਮਨ ਰਾਈਟਸ ਡੇ ਮਨਾਵਾਂਗੇ। ਜਿਨ੍ਹਾਂ ਦੇ ਤੁਸੀਂ ਗੱਲ ਕਰ ਰਹੇ ਹੋ ਜਿਹੜੇ ਕਈ ਤਾਮਿਲਨਾਡੂ ਤੋਂ ਵੀ ਜਿਹੜੇ ਨੇ ਰਿਹਾਈ ਜੀ, ਇਹਨਾਂ ਦੀ ਨਹੀਂ ਹੋਈ, ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਕਿਸੇ ਨਾਲ ਤੁਸੀਂ ਤੁਹਾਡੀ ਗੱਲਬਾਤ ਹੋਈ ਹੋਵੇ ਜਾਂ ਕੁਛ ਉਹਨਾਂ ਨਾਲ ਗੱਲਬਾਤ ਕੀ ਕੋਈ ਹੋਈ ਹੈ? ਨਹੀਂ, ਜਿਹੜੇ ਵਕੀਲ ਉਹਨਾਂ ਦੇ ਕੇਸ ਲੜਦੇ ਨੇ, ਹਾਂ, ਜਿਹੜੇ ਉਹਨਾਂ ਦੇ ਵਕੀਲ ਕੇਸ ਲੜਦੇ ਨੇ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਾਡੇ ਟੱਚ ਦੇ ਵਿੱਚ ਨੇ, ਉਹ ਵੀ ਇੱਥੇ ਸ਼ਾਮਿਲ ਹੋਣਗੇ ਚੰਡੀਗੜ੍ਹ ਵੀ, ਦਿੱਲੀ ਨੂੰ 9 ਤਰੀਕ ਨੂੰ ਵੀ ਉਹ ਸ਼ਾਮਿਲ ਹੋਣਗੇ। ਸੋ ਉਹ ਆਉਣਗੇ ਨਾਗਾਲੈਂਡ ਦੇ, ਜਿਹੜੇ ਉੱਥੇ ਦੇ ਹਿਊਮਨ ਰਾਈਟਸ ਦੇ ਲਈ ਕੰਮ ਕਰਦੀ ਇੱਕ ਸੰਸਥਾ ਉਹਨਾਂ ਦੀ ਬਣੀ ਹੋਈ ਹੈ, ਨਾਗਾ ਪੀਪਲਸ ਫੋਰ ਹਿਊਮਨ ਰਾਈਟਸ, ਹੈ ਨਾ, ਉਹਨਾਂ ਦੇ ਡੈਲੀਗੇਸ਼ਨ ਜਿਹੜਾ ਉਹ ਇੱਥੇ ਆਏਗਾ। ਕਸ਼ਮੀਰ ਅਤੇ ਈਵਨ ਕਸ਼ਮੀਰ ਦਾ ਤੁਹਾਨੂੰ ਇੰਨਾ ਬੁਰਾ ਹਾਲ ਹੈ ਕਿ ਉੱਥੇ ਤਾਂ ਕੋਈ ਲੋਕ ਮਿਲ ਹੀ ਨਹੀਂ ਰਹੇ ਜਿਹੜੇ ਆਵਾਜ਼ ਬੁਲੰਦ ਕਰਨ ਲਈ ਵੀ ਆ ਸਕਣ, ਇੰਨਾ ਮਾੜਾ ਹਾਲ ਕੀਤਾ ਗਿਆ। ਹਾਲਾਂਕਿ ਮੀਡੀਆ ਦੇ ਵਿੱਚ ਹੁਣ ਵਿਖਾਲਿਆ ਨਹੀਂ ਜਾ ਰਿਹਾ, ਹੁਣ ਇੰਝ ਕਿਹਾ ਜਾ ਰਿਹਾ ਕਿ ਕਸ਼ਮੀਰ ਬਿਲਕੁਲ ਸੁਧਰ ਗਿਆ, ਪਰ ਉੱਥੇ ਦੇ ਜਿਹੜੇ ਵਾਇਲੇਸ਼ਨ ਆ ਹਿਊਮਨ ਰਾਈਟਸ ਦੇ ਉਹ ਇੱਥੋਂ ਤੱਕ ਪਹੁੰਚ ਚੁੱਕੀ ਹੈ ਕਿ ਜਿਹੜੇ ਪੱਤਰਕਾਰਾਂ ਨੇ ਕਵਰੇਜ ਕੀਤੀ ਸੀ ਕਸ਼ਮੀਰ ਦੇ ਹੱਕਾਂ ਦੀ, ਉਹਨਾਂ ਨੂੰ ਵੀ NIA ਦੇ ਛਾਪੇ ਮਾਰ ਕੇ ਅਤੇ ਉਹਨਾਂ ਦੇ ਜਿਹੜੇ ਰਾਈਟਸ ਨੇ ਉਹ ਦੱਬੇ ਜਾ ਰਹੇ, ਉਹਨਾਂ ਨੂੰ ਕੁਚਲੇ ਜਾ ਰਹੇ, ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਸੋ ਇਸ ਸਾਰੇ ਦਾ ਸਾਰਾ ਜਿਹੜਾ ਤਾਣਾ ਬਾਣਾ ਹੈ ਪੂਰੇ ਦੇ ਪੂਰੇ ਇੰਡੀਆ ਦਾ, ਇਕੱਲੇ ਕਸ਼ਮੀਰ, ਪੰਜਾਬ, ਨਾਗਾ ਜਾਂ ਤਾਮਿਲਨਾਡੂ ਦੀ ਗੱਲ ਨਹੀਂ ਕਿ ਵੀ ਸਿਰਫ
इंप्रैशन देने जा रहे हैं कि इस सारे की आवाज़ सांझे तौर के उत्ते बुलंद करनी चाहिए आ। इस सारे पोलीटल प्रिजनर्स ने एवें नहीं होना चाहिए कि सिर्फ जिमें लैफ्ट वाले ने लैफ्ट वाले की आवाज़ चुकी फिरते हैं, सिख न कल सिखा की आवाज़ चुकी फिरते हैं। इस दिन असं एक साझा प्लेटफॉर्म जोड़ा आनाने की कोशिश करा कि सारियां ही एक साझे प्लेटफॉर्म से कट्ठे करके साझी एक आवाज़ जी बनया जा सके। किन्ने एक बंदे ने किन्ने के कुछ गिनती ज आई गल आई हो किन्ने एक बंदे ने जिन्होंने मतलब कि हले रिहाई नहीं बहुत ने करीबन 25-30 तो सिखा ने ठीक है कश्मीर के एंडलैस ने उन्होंने तो गिनती तो ही कर सकते भी जिन्हें ने उन्हों की कंप्लीट हुरियत की लीडरशिप सारी इस वक्त जेलों के छुट्टी पई है। जेड़े कोई बाहर ने हाउस अरैसट ने ठीक है मीर वॉयज़ में अज 3.5 साल हो गए ने उन्होंने हाउस अरैसट ही उदों का जदों की उन्होंने धारा 377 तोड़ी उदों तो लैके अज तक उस बंद घरों नहीं बाहर निकलने दिता गया। सो कश्मीर की पूरी लीडरशिप जी डिटेंशन के जेलों के पंजाब के किन्ने पोलीटल प्रिजनर्स ने जग्गी जौल है जरा अजे अंडर ट्रायल ही चली जा रहा वो 7-8 साल जेलों के लग गए हैं। सो इवें तमिल के भी है नागास के भी कुछ है सेंटर दिल्ली के बहुत सारे ने जोड़े सी ए खिलाफ़ नित्रे है उमर खालिद होनी वो सारे वो अजे भी जेलों के ने। सो बहुत मतलब शहीन बाग जिन्हें प्रोटेस्ट किया सारे ने जो मतलब लिस्ट बना लगी तो बहुत ज़्यादा हो जाती है ठीक है पर असं उन्होंने नुमाइंदे जोड़े उन्होंने जरूर इनवोट करें क्योंकि आपो अपने आके इतने आवाज़ बुलंद करा। जो अपनी बंदी सिंह की गल की जाए तो बंदी सिंह ने कि बहुत वह एक एज़ पर लॉ वेखी है तो जो किसी की सज़ा पूरी होती है उसको रिहा कर दिया जाता पर देखा जाए जुडिशरी का ही इतने जो है कि उल्लंघना की जा रही जी जब सज़ा पूरी हो रही पर उन्होंने छड़े जा रहा तो लगता है कि वालों किन्ने प्रोटेस्ट किए जाते हैं किन्नी वाली डीसीआं नूं जो है कि मांग पत्र भी दिए गए हैं बहुत धरने भी लगाए गए पर किसी सफलता नहीं मिलती की देख रहे क्यों नहीं मिलती। असल ना ये डीसीआं का कोई मसला नहीं है डीसीआं नूं मांग पत्र देने सुन रही हाँ नहीं असल मतलब डीसीआं नूं जां मुख्यमंत्रियां नूं मेमोरेंडम देने इदां दी कोई जिहड़ा सिखां दा मसला है ना पूरे का पूरा केंद्र दे अधीन होम मिनिस्ट्री दे क्योंकि जिहड़े सिखां दे केस ने जां ते चंडीगढ़ दे ने यूटी दे ने जां दिल्ली दे ने ते जां इक कर्नाटक दा ठीक है। सो ये जिहड़े केस ने सारे दे सारे डायरैक्टली जां इनडायरैक्टली होम मिनिस्ट्री दे कोल जांदे ने इहदे विच इह नहीं है कि भगवंत मान दे साइन हो जाणगे ते शायद पार लंघ जाएगा इन्हां दा इक हैगा रोल बड़ा मिनीमम आ बट जिहड़ी अखीरली ताले की चाबी आ वह केंद्र कोल होम मिनिस्ट्री दे कोल आ पर वह अपनी गल दे उत्ते अड़ी हुई आ वो नहीं चाहती कि इन्हों नूं रिहा किया जाए क्योंकि उन्होंने पोलीटिकली साडी सोर उन्हां दे नाल नहीं रलदी हालांकि जिन्हां नूं उन्होंने रिहा करना है बिल्किस बानो जिन्हां दा जिहड़े परिवार नूं मतलब मार दिता गया उसनों रेप किया गया उस बंदा उसदे तुसीं वेखो उसदे 11 कैदी जिहड़े ने छड्ड दिए गए हैं ना। सो उन्हां जिन्हां नूं उन्हें छड्ड देंदे ने जिहड़े इन्हां दे नाल वक्खरी सुर रखदे ने उन्हां नूं अज्ज वी जेलां 'च रखदे ने इसे करके अज्ज बंदी सिंह जेलां 'च ने। राजीव गांधी दे वी जो उन्हां नूं वी जो है रिहा कर दिता गया जिहड़े आरोपी सन हाँ नहीं इत एक गल मैं जरूर कहनी चाहुंदा जिहड़ी असीं वार वार कह दिंदे आ जी राजीव गांधी दे कातलां रिहा कर दिता गया जी साडे नाल नहीं कीता जा रहा ये असल 'च सानूं ताना नहीं देना चाहिए स्टेट नूं भी तुसीं उन्हां नूं रिहा करता सानूं नहीं सानूं भी पॉजिटिव सेंस ही लैना चाहिए भी उन्हां नूं रिहा किया उन्हां दी सज़ा उन्होंने 31 साल सज़ा भुगती 31-32 साल ठीक है जी उन्हां दी रिहाई हुई आ। सो उन्हां नूं वेलकम करना चाहिए सानूं उन्हां दी रिहाई का उन्होंने जिया कहना चाहिए उन्होंने एक ताने के तौर पर नहीं कहना चाहिए भी ये तो कई बार साढ़े लोग इंज कर देते हैं भी जो उन्होंने भी जेलों 'च रखो ठीक है इदा नहीं होना चाहिए सगो उन्हां दे वकीलां दे नाल तुसीं राबते जाओ श्रोमणी कमेटी जी बंदी सिंह की रिहाई की गल करती है उन्होंने चाहिए भी तुम उन्होंने वकील जड़े जिन्होंने लॉयरस ने उन्होंने जिन्हों का केस लड़िया आ तमिलों का उन्होंने तो राय लो उन्होंने पुछो उन्होंने अपने लोगों के केस किमें लड़े ने उन्होंने किमें प्रजेंट किया सुप्रीम कोर्ट के चलो उन्होंने रिहाई सुप्रीम कोर्ट के राही हुई है ठीक है। सो पहली गल तो यो मैं फिर कहना चाहूँगा भी उन्होंने नैगेटिविटी नहीं लैना चाहिए वो छड़ते हैं साढ़े छड़े नहीं जा रहे ठीक है जो साढ़े नहीं छड़े जा रहे तो वो संघर्ष करना चाहिए। तो 10 दिसंबर की मतलब कि तुहाडे वल्लों की प्रोग्राम किया जा रहा 10 दिसंबर चंडीगढ़ के एकत्रता रखी जाऊगी सारे नुमाइंदे अलग अलग विचारधारा के लोग जोड़े आवगे और एक सांझी आवाज़ इन्हों सारे लोगों की जी बुलंद की जाऊगी असी क्योंकि असं उग्राहां तो है नहीं गए कि सिर्फ अपने लैफ्ट वाले पोस्टर चुक लो तो बह जाओ ये भी एक गल मैं इतने जरूर कहना चाहना भी योग सानू कम्यूनल कहें भी सिख कम्यूनल ने जी ये सिर्फ इको कम्यूनिटी की गल करते असल उग्राहां वर्गे लोग कम्यूनल होंगे ने जोड़े सिर्फ अपने लोगों की गल करते हैं असी तो वह लोग है जो सर्व सांझीवालता की गल करते हैं असी ये लैफ्ट के लोगों को भी सदांगे सिखा के भी नुमाइंदे भी है मुसलमाना के भी है। सो जे सी ए वाले ने बड़े न्यूट्रल ने जोड़े किसी धर्म नहीं मानते ज बड़े सैकूलर अपने आप रिप्रजेंट करते हैं वो लोग भी आने। सो एक कंप्लीट इन सारे लोगों के जोड़े इस वक्त पूरे इंडिया के जेलों के बंद ने पोलीटिकली मोटिवस के राही पोलीटिकली कारण के कारण उन्होंने सारे की आवाज़ बुलंद करने के लिए 10 तरीक में चंडीगढ़ केंद्रीय सिंह सभा विखे सारे की एकत्रता सिद्धा। शुक्रिया।
ਰਿਹਾ ਜਿਸ ਤਰ੍ਹਾਂ ਕਿ ਤੁਸੀਂ ਸੁਣਿਆ ਵਾ ਕਿ ਇੱਕ ਰਿਹਾਈ ਸਿੰਘਾਂ ਦੀ ਜੋ ਹੈ ਕਿ ਇਕੱਠੇ ਇੱਕ ਇਕੱਲੇ ਸਿੱਖ ਨਹੀਂ ਬਲਕਿ ਵੱਖ ਵੱਖ ਸੂਬਿਆਂ ਤੋਂ ਵੱਖ ਵੱਖ ਜੋ ਸਟੇਟਾਂ ਤੋਂ ਜੋ ਨੇ ਇੰਡੀਆ ਦੇ ਨੁੱਕਰ ਨੁੱਕਰ 'ਚ ਵੀ ਜਿੰਨਾ ਵੀ ਜੋ ਰਿਹਾਈ ਨਹੀਂ ਉਹਨਾਂ ਨੂੰ ਨਹੀਂ ਕੀਤਾ ਜਾਵੇ ਉਹਨਾਂ ਦੀ ਜੋ ਹੈ ਇਕੱਠੀ ਜੋ ਹੈ 10 ਤਰੀਕ ਨੂੰ ਜੋ ਹੈ ਆਵਾਜ਼ ਚੁੱਕੀ ਜਾਏਗੀ ਕਿ ਉਹਨਾਂ ਨੂੰ ਜੋ ਹੈ ਕਿ ਰਿਹਾਅ ਕੀਤਾ ਜਾਵੇ ਅਤੇ ਜਿਹੜੇ ਰਾਜੀਵ ਗਾਂਧੀ ਦਾ ਵੀ ਇੱਕ ਬਹੁਤ ਇੱਕ ਵੱਡਾ ਮਸਲਾ ਚੁੱਕਿਆ ਜਾ ਰਿਹਾ ਕਿ ਉਹਨਾਂ ਦੇ ਆਰੋਪੀਆਂ ਨੂੰ ਜੋ ਰਿਹਾਅ ਕੀਤਾ ਪਰ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਇਹਨਾਂ ਵੱਲ ਇੱਕ ਬਹੁਤ ਵਧੀਆ ਗੱਲ ਕੀਤੀ ਗਈ ਹੈ ਕਿ ਸਾਨੂੰ ਵੀ ਉਹਨਾਂ ਨਾਲ ਜੋ ਬੈਠ ਕੇ ਉਹਨਾਂ ਦੇ ਵਕੀਲਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਜੋ ਉਹਨਾਂ ਨੂੰ ਰਿਹਾਈ ਮਿਲੀ ਕਿ ਜੋ ਕਿ ਸਾਡਿਆਂ ਨੂੰ ਵੀ ਜੋ ਹੈ ਕਿ ਰਿਹਾਈ ਮਿਲ ਸਕੇ ਇੱਕ ਬਹੁਤ ਵਧੀਆ ਗੱਲ ਹੈ ਕਿ ਉਹਨਾਂ ਨੂੰ ਜਿਹਨਾਂ ਨੂੰ ਰਿਹਾਅ ਕੀਤਾ ਕਿ ਉਹਨਾਂ ਦਾ ਵੈਲਕਮ ਕਰਨਾ ਚਾਹੀਦਾ ਨਾ ਕਿ ਉਹਨਾਂ ਨੂੰ ਤਾਨੇ ਮਾਰਨੇ ਚਾਹੀਦੇ ਇਸ ਦੇ ਚੱਲਦੇ ਜੋ ਹੈ ਕਿ ਹੁਣ 10 ਤਰੀਕ ਨੂੰ ਜੋ ਹੈ ਕਿ ਰਲ ਕੇ ਜੋ ਹੈ ਕਿ ਸਾਰਿਆਂ ਦੀ ਜੋ ਹੈ ਇਕੱਠੀ ਆਵਾਜ਼ ਚੁੱਕੀ ਜਾਏਗੀ ਬਸ ਇਸ ਕਵਰ D5 ਚੈਨਲ ਪੰਜਾਬੀ ਅੰਮ੍ਰਿਤਸਰ ਹੋਏਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾਂ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ